ਪ੍ਰਵਾਸੀ ਮਜ਼ਦੂਰਾਂ ਦੀ ਉਹਨਾਂ ਦੇ ਸੂਬਿਆਂ ਦੇ ਵਿੱਚ ਵਾਪਸੀ ਹੋ ਰਹੀ ਹੈ। ਹੁਣ ਤੱਕ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਵਾਪਸ ਜਾ ਚੁੱਕੇ ਨੇ। ਮੰਡੀ ਗੋਬਿੰਦਗੜ੍ਹ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਟ੍ਰੇਨ ਚੱਲਣ ਦੀ ਝੂਠੀ ਅਫਵਾਹ ਫੈਲਾਉਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਮੈਡੀਕਲ ਕਰਵਾਉਣ ਲਈ ਪਹੁੰਚ ਗਏ। ਦੱਸਣਯੋਗ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਦੇ ਆਉਣ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਸੀ, ਜਿਸ ਤੇ ਕਾਬੂ ਪਾਉਣ ਦੇ ਲਈ SDM ਅਮਲੋ ਆਨੰਦ ਸ਼ਰਮਾ ਅਤੇ DSP ਅਮਲੋ ਸੁਖਵਿੰਦਰ ਸਿੰਘ, SHO ਮੰਡੀ ਗੋਬਿੰਦਗੜ੍ਹ ਮਹਿੰਦਰਪਾਲ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਦੱਸਣਯੋਗ ਹੈ ਕਿ ਸਾਰੇ ਮਜ਼ਦੂਰਾਂ ਨੂੰ ਸਮਝਾਇਆ ਗਿਆ ਅਤੇ ਉਹਨਾਂ ਨੂੰ ਘਰ ਵਾਪਸ ਰਵਾਨਾ ਕੀਤਾ ਗਿਆ। ਇਹ ਨਾ ਅੱਜ ਕਿਸੇ ਨੇ ਅਫਵਾਹ ਫੈਲਾਤੀ ਵੀ ਗੋਬਿੰਦਗੜ੍ਹ ਤੋਂ ਕੋਈ ਟ੍ਰੇਨ ਜਾ ਰਹੀ ਹੈ, ਜਿਹਦੇ ਕਰਕੇ ਜ਼ਿਆਦਾ ਸਾਡੇ ਜਿਹੜੇ ਪ੍ਰਵਾਸੀ ਭਰਾ ਨੇ ਉਹ ਇਕੱਠੇ ਹੋਵੇ ਇੱਕਦਮ, ਜਦਕਿ ਨੋਰਮਲ ਮੈਡੀਕਲ ਚੱਲ ਰਿਹਾ, ਜਿਹੜੀਆਂ ਵੀ ਟ੍ਰੇਨ ਦੀ ਐਂਟੀਸਪੇਸ਼ਨ ਸਾਨੂੰ ਹੈਗੀ ਉਹਨਾਂ ਜ਼ਿਲ੍ਹਿਆਂ ਦਾ ਮੈਡੀਕਲ ਚੱਲ ਰਿਹਾ। ਬਟ ਇਹ ਅਫਵਾਹ ਬੇਸਡ ਕੱਟ ਸੀਗਾ ਜੀ, ਅਫਵਾਹ ਕਰਕੇ ਕੱਟ ਥੋੜ੍ਹਾ ਜ਼ਿਆਦਾ ਹੋ ਗਿਆ। ਤੁਸੀਂ ਦੇਖ ਸਕਦੇ ਹੋ ਮਾਹੌਲ ਬਿਲਕੁਲ ਠੀਕ ਹੈ, ਕੋਈ ਦਿੱਕਤ ਨਹੀਂ ਸਮਝਾ ਗਿਆ ਘਰ ਤੇ। ਜ਼ਰੂਰ ਕਿੰਨੇ ਕੁ ਦਿਨਾਂ 'ਚ ਇਹਨਾਂ ਦਾ ਜਿਹੜਾ ਮੈਡੀਕਲ ਹੋ ਪਾਏਗਾ? ਇੰਨੀ ਬੜੀ ਤਾਦਾਦ ਵਿੱਚ ਜਿਹੜੇ ਮਜ਼ਦੂਰ ਨੇ ਉਹਦੇ 15 ਟੀਮਾਂ ਲੱਗੀਆਂ ਹੋਈਆਂ ਨੇ ਜੀ ਮੈਡੀਕਲ ਕਰਨ, ਰਾਈਟ ਜੀ। ਔਨ ਐਨ ਐਵਰੇਜ 2000-2500 ਤੱਕ ਖਿੱਚਿਆ ਜਾਂਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਡੀਕਲ ਜਿਹੜਾ ਹੈਗਾ। ਅਤੇ ਗ੍ਰੈਜੂਅਲੀ ਇਹ ਵੀ ਹੈ ਵੀ ਸਭ ਨੇ ਜਾਣਾ ਵੀ ਨਹੀਂ, ਜਿਨ੍ਹਾਂ ਨੇ ਪੋਰਟਲ 'ਤੇ ਰਜਿਸਟਰ ਕਰਾਇਆ, ਕਿਉਂਕਿ ਸਾਡੇ ਕੋਲ ਉਹਨਾਂ ਦਾ ਡਾਟਾ ਬੇਸ ਹੈਗਾ, ਉਹਨਾਂ ਦੀ ਮੈਡੀਕਲ ਚੱਲ ਰਹੀ, ਉਹਨਾਂ ਨੂੰ ਫੋਨ ਜਾਂਦਾ, ਫੋਨ ਅਸੀਂ ਕਰਦੇ ਹਾਂ ਸਪੈਸ਼ਲ, ਸਾਡੇ 5 ਬੰਦੇ ਫੋਨ ਕਰਦੇ ਨੇ ਜੀ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਿਆਂ ਨੂੰ ਨੈਕਸਟ ਡੇ ਬੁਲਾਉਣ ਵਾਸਤੇ। ਫੋਨ ਜਾਂਦਾ ਜੀ, ਫੋਨ ਦੇ ਉੱਪਰ ਉਹ ਆਉਂਦੇ ਨੇ ਜੀ, ਉਹ ਜਿਹੜੇ ਬੰਦੇ ਨੇ ਪੋਰਟਲ 'ਤੇ ਰਜਿਸਟਰ ਕਰਾਇਆ ਉਹਨਾਂ ਦਾ ਮੈਡੀਕਲ। ਕੀ ਲੱਗਦਾ ਇੰਨੀ ਬੜੀ ਤਾਦਾਦ ਵੀ ਜਿਹੜੀ ਲੇਬਰ ਉਹਦੇ ਇਕੱਠੀ ਹੋਈ ਹੈ, ਕਿੱਥੋਂ ਦੀ ਹੈ, ਲੋਕਲ ਹੈ ਜਾਂ ਕਿੱਥੋਂ? ਦੇਖੋ ਕੁਛ ਲੇਬਰ ਨਾਲ ਜੋ ਗੱਲਬਾਤ ਕਰਨ ਤੋਂ ਪਤਾ ਚੱਲਦਾ, ਕੁਛ ਬੰਦੇ ਰੋਪੜ ਤੋਂ ਆਏ ਨੇ, ਕੁਛ ਸਾਡੇ ਖੰਨੇ ਤੋਂ ਵੀ ਆਏ ਹੋਏ ਨੇ ਜੀ, ਕੁਛ ਹੋਰ ਕਿਸੇ ਜ਼ਿਲ੍ਹੇ ਤੋਂ ਵੀ ਆਏ ਹੋਏ ਨੇ। ਬਟ ਉਹਨਾਂ ਨੂੰ ਕਿਸੇ ਨੇ ਇਹ ਕਹਿਤਾ ਵੀ ਗੱਡੀ ਇੱਥੋਂ ਗੋਬਿੰਦਗੜ੍ਹੋਂ ਅੱਜ ਜਾ ਰਹੀ ਹੈ, ਸੋ ਉਸ ਐਂਟੀਸਪੇਸ਼ਨ 'ਚੋਂ ਆ ਕੇ ਬੇਸਿਕਲੀ ਅਫਵਾਹ ਸੀ। ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।